ਦੋਸਤੋ ਸਤਿ ਸ਼੍ਰੀ ਅਕਾਲ ਗਿਲਜ਼ 멘ਟਰ ਦੇ ਆਫੀਸ਼ੀਅਲੀ YouTube ਚੈਨਲ ਤੇ ਤੁਹਾਡਾ ਸਭ ਦਾ ਵੈਲਕਮ ਕਰਦਾ ਹਾਂ ਔਰ ਉਮੀਦ ਕਰ ਰਹੇ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਮਾਰਕਫੀਡ ਐਗਜ਼ਾਮ ਕੱਲ ਹੋਣ ਜਾ ਰਿਹਾ ਹੈ ਯਾਨੀ ਸੀਨੀਅਰ ਅਸਿਸਟੈਂਟ ਔਰ ਸਟੈਨੋ ਦਾ ਦੋਸਤੋ ਇਹਦੇ ਸਬੰਧ ਚ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਟਿਪਸ ਦੇਣ ਆਇਆ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੀ ਥੋੜੀ ਤਿਆਰੀ ਕਿਵੇਂ ਹੈ ਕਿਸੇ ਵੀ ਸਟੂਡੈਂਟ ਨੇ ਇਦਾਂ ਨਹੀਂ ਸੋchna ਕਿ ਮੇਰੀ ਤਿਆਰੀ ਕਮਜ਼ੋਰ ਹੈ ਮੈਂ ਇਹ ਨਹੀਂ ਪੜਿਆ ਮੈਂ ਉਹ ਨਹੀਂ ਪੜਿਆ ਬਿਲਕੁਲ ਨਹੀਂ ਸੋchna ਕਿਉਂਕਿ ਜਿੱਦਾਂ ਤੁਸੀਂ ਸੋਚੋਗੇ ਡੈਫੀਨਿਟਲੀ ਤੁਹਾਡਾ ਦਿਮਾਗ ਉਦਾਂ ਕੰਮ ਕਰੇਗਾ ਤੁਸੀਂ ਇਹ ਸੋਚੋ ਮੈਂ ਜੋ ਪੜਿਆ ਮੈਂ ਸੁਪਰ ਪੜਿਆ ਔਰ ਜੋ ਤੁਸੀਂ ਪੜਿਆ ਬਸ ਉਹਦੇ ਚ ਜੀ ਜਾਣੋ ਅچھے ਤਰੀਕੇ ਨਾਲ ਟਾਈਮ ਲੈ ਕੇ ਪੇਪਰ ਕਰਿਓ ਆਫਲਾਈਨ ਤੁਹਾਡਾ ਪੇਪਰ ਹੋਏਗਾ ਕਿਸੇ ਵੀ ਸਟੂਡੈਂਟ ਨੇ ਘਬਰਾਉਣਾ ਨਹੀਂ ਹੈ ਦੋਸਤੋ ਪੇਪਰ ਕਰਨ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰਨੀ ਹੈ ਜਿੰਨੇ ਵੀ ਸਟੂਡੈਂਟਸ ਦੇਖ ਰਹੇ ਹੋ ਪੇਪਰ ਸਕੈਨ ਕਰਿਓ ਯਾਨੀ ਕੈਮ ਸਕੈਨਰ ਤੋਂ ਸਕੈਨ ਕਰਕੇ ਪੇਪਰ ਨੂੰ ਔਰ ਸਾਨੂੰ ਫਾਰਵਰਡ ਕਰ ਦਿਓ ਅਸੀਂ ਤੁਹਾਨੂੰ ਐਕਸਪਲੇਨੇਸ਼ਨ ਪੇਪਰ ਪੂਰਾ ਕਰਕੇ ਹੱਥ ਹੱਥ ਦੱਸਾਂਗੇ ਕਿ ਕਿੱਥੇ ਗਲਤੀਆਂ ਨੇ ਅਗਰ ਤੁਸੀਂ ਆਬਜੈਕਸ਼ਨ ਵੀ ਕਰਨਾ ਹੈ ਤਾਂ ਕਮ ਸੇ ਕਮ ਤੁਹਾਨੂੰ ਹੈਲਪ ਹੋਏਗੀ ਕਿ ਹਾਂਜੀ ਇਹ ਚੀਜ਼ ਬਿਲਕੁਲ ਕਿਦਾਂ ਗਲਤ ਹੈ ਕਿ ਸਹੀ ਹੈ ਦੂਜੀ ਗੱਲ ਗਿਲਜ਼ ਮੈਂਟਰ ਦੀ ਟੀਮ ਵੱਲੋਂ ਤੁਹਾਡੇ ਲਈ ਬੈਸਟ ਵਿਸ਼ਸ ਹੈ ਔਰ ਗੁੱਡ ਲੱਕ ਹੈ ਗਾਇਸ ਸਾਰੇ ਸਟੂਡੈਂਟਸ ਨੇ ਆਪਣਾ ਕਾਲਟਰ ਲੈ ਕੇ ਜਾਣਾ ਹੈ ਆਪਣੀ ਆਈਡੀ ਆਪਣਾ ਪੈਨ ਵੈਨੀ ਸਾਰੇ ਪ੍ਰੂਫ ਲੈ ਕੇ ਜਾਣੇ ਆ ਕਿਸੇ ਵੀ ਸਟੂਡੈਂਟਸ ਨੇ ਜਲਦਬਾਜੀ ਨਹੀਂ ਕਰਨੀ ਪੇਪਰ ਬੜੇ ਬਿਲਕੁਲ ਕੌਨਸ਼ੀਅੰਸ ਮਾਈਂਡ ਨਾਲ ਦੇਣ ਜਾਓ ਔਰ ਅچھے ਤਰੀਕੇ ਨਾਲ ਦੇਣ ਜਾਓ ਉਸ ਤੋਂ ਬਾਅਦ ਦੱਸਣਾ ਚਾਹੁੰਨਾ ਹੈ ਕਿ ਤੁਸੀਂ ਅੱਜ ਰਾਤ ਨੂੰ ਕਮ ਸੇ ਕਮ ਐਟ ਹਾਰਡਲੀ ਲਗਭਗ ਤੁਸੀਂ 10 11 ਵਜੇ ਤੱਕ ਪੜੋ ਉਸ ਤੋਂ ਬਾਅਦ ਅੱਛੇ ਤਰੀਕੇ ਨਾਲ ਯਾਨੀ ਪੂਰੇ ਪੂਰਨ ਤੌਰ ਤੇ ਤੁਸੀਂ ਨੀਂਦ ਲਓ ਔਰ ਕੱਲ ਬਿਲਕੁਲ ਆਰਾਮ ਨਾਲ इजीली ਪੇਪਰ ਦੇਣ ਜਾਓ ਇਦਾਂ ਨਾ ਹੋਵੇ ਕਿ ਤੁਸੀਂ ਨੀਂਦ ਨਹੀਂ ਲਈ ਔਰ ਉੱਥੇ ਪ੍ਰੈਸ਼ਰ ਹੈ ਪ੍ਰੈਸ਼ਰ ਬਿਲਕੁਲ ਲੈ ਕੇ ਕੋਈ ਕੰਮ ਨਹੀਂ ਹੁੰਦਾ ਔਰ ਜੇ ਟੈਨਸ਼ਨ ਲੈ ਕੇ ਜ਼ਿੰਦਗੀ ਜਿਤੀ ਜਾਂਦੀ ਤਾਂ ਫਿਰ ਘਰੇ ਬੈਠ ਜਾਓ ਔਰ ਟੈਨਸ਼ਨ ਲਈ ਜਾਓ ਇਦਾਂ ਕਦੇ ਨਹੀਂ ਹੁੰਦਾ ਆਪਣਾ ਬਿਹਤਰ ਕਰੋ ਕਦੇ ਵੀ ਇਹ ਨਾ ਸੋਚੋ ਕਿ ਉੱਥੇ 5 ਪੋਸਟ ਹੈ 10 ਪੋਸਟ ਹੈ ਆਪਣਾ ਬਿਹਤਰ ਕਰੋ ਜੋ ਆਏਗਾ ਦੇਖਾ ਹੁਣ ਗੱਲ ਆਉਂਦੀ ਦੂਜੀ ਅਗਰ ਤੁਹਾਡੇ ਚ ਬਹੁਤ ਸਾਰੇ ਸੁਭਚਿੰਤੇ ਕਿ ਇਦਾਂ ਵੀ ਨਹੀਂ ਜਿਹੜੇ ਕਿ ਅਗਰ ਤੁਹਾਨੂੰ ਕੋਈ ਵੀ ਯੂਟਿਊਬਰ ਪੜਾਉਂਦਾ ਹੈ ਤੁਹਾਨੂੰ ਦੁਨੀਆ ਚ ਕਿਤੇ ਵੀ ਕਿਸੇ ਕੋਨੇ ਤੇ ਪੜਾਉਂਦਾ ਜਰੂਰੀ ਨਹੀਂ ਗਿਲਜ਼ ਮੈਂਟਰ ਬੈਸਟ ਹੈ ਸਾਡੇ ਨਾਲ ਵੀ ਕੋਈ ਬਹੁਤ ਬਿਹਤਰ ਬੈਠੇ ਨੇ ਠੀਕ ਹੈ ਤੁਹਾਡੇ ਚੋ ਵੀ ਹੋ ਸਕਦਾ ਕੋਈ ਬਿਹਤਰ ਹੋਵੇ ਦੋਸਤੋ ਤੁਹਾਨੂੰ ਪੜਾ ਰਿਹਾ ਵਾ ਹਮੇਸ਼ਾ ਫੋਲੋ ਕਰੋ ਪੜੋ ਕਲੀਅਰ ਹੈ ਮੈਂ ਤਾਂ ਤੁਹਾਨੂੰ ਇਹੀ ਗੱਲ ਕਵਾਂਗਾ ਗਿਲਜ਼ ਮੈਂਟਰ ਨੇ ਡੰਕੇ ਦੀ ਛੋੜ ਤੇ ਗੱਲ ਕਹੀ ਸੀ ਔਰ ਅਸੀਂ ਤੁਹਾਨੂੰ ਲੋਕਾਂ ਦੇ ਸਿਲੈਕਸ਼ਨ ਕਰਵਾ ਕੇ ਦਿਖਾਏ ਔਰ ਉਹਨਾਂ ਦੀ ਵੀਡੀਓਜ਼ ਤੁਹਾਡੇ ਸਾਹਮਣੇ ਆਈ ਹੈ ਠੀਕ ਹੈ اور ਤੁਹਾਡੇ ਚੋ ਹੀ ਹੋਣਗੇ ਜਿਨ੍ਹਾਂ ਦਾ ਸਿਲੈਕਸ਼ਨ ਹੋਏਗਾ ਆਪਣਾ ਬਿਹਤਰ ਕਰੋ ਪੋਜੀਟਿਵ ਤਰੀਕੇ ਨਾਲ ਕਰੋ ਮੈਂਟਰ ਆਪਣੇ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਨਰਵਸ ਹੁੰਨੇ ਆ ਤਾਂ ਸਾਨੂੰ ਇੱਕ ਗੁਰੂ ਹੁੰਦਾ ਹੈ ਇੱਕ ਟੀਚਰ ਹੁੰਦਾ ਹੈ ਇੱਕ ਮੈਂਟਰ ਹੁੰਦਾ ਹੈ ਕਿ ਜਿਹੜਾ ਸਾਨੂੰ ਰਾਈਜ਼ ਕਰਦਾ ਹੈ ਸਾਡਾ ਹੌਸਲਾ ਵਧਾਉਂਦਾ ਹੈ ਸਾਨੂੰ ਬਿਹਤਰ ਰਾਹ ਦਿਖਾਉਂਦਾ ਹੈ ਇਹੀ ਚੁਚਿਤ ਨਮ ਐਟ ਲਿਸਟ ਕਵਾਂਗਾ ਪੇਪਰ ਔਖਾ ਨਹੀਂ ਆਊਗਾ ਮੇਰੇ ਤੇ ਯਕੀਨ ਕਰੋ ਪੇਪਰ ਸੌਖਾ ਹੋਊਗਾ ਪੇਪਰ ਉਹਨਾਂ ਲਈ ਔਖਾ ਹੋਊਗਾ ਜਿਨ੍ਹਾਂ ਨੂੰ ਕੋਈ ਲਾਈਵ ਸੈਸ਼ਨ ਲੈ ਕੇ ਪੜਾ ਰਿਆ ਸੀ ਔਰ ਉਸ ਵਕਤ ਉਹ ਆਪਣੇ ਫਰੈਂਡ ਨਾਲ ਚੈਟ ਕਰ ਰਿਹਾ ਸੀ ਉਸ ਵਕਤ ਫੋਨ ਤੇ ਗੱਲਾਂ ਮਾਰ ਰਿਹਾ ਸੀ ਉਸ ਵਕਤ ਯਾਨੀ ਅਤ ਕਰਾਤੀ ਵੀਡੀਓ ਦੇਖ ਰਿਹਾ ਸੀ ਉਹਨਾਂ ਲਈ ਔਖਾ ਹੁੰਦਾ ਹੈ ਉਹਨਾਂ ਲਈ ਸਿਲੇਬਸ ਤੋਂ ਬਾਹਰ ਪੇਪਰ ਹੁੰਦਾ ਹੈ ਠੀਕ ਹੈ ਤਾਂ ਕੋਸ਼ਿਸ਼ ਇਹ ਕਰਨੀ ਹੈ ਔਰ ਅੱਛੇ ਤਰੀਕੇ ਨਾਲ ਟਾਈਮ ਲੈ ਕੇ ਪੇਪਰ ਕਰਨਾ ਹੈ ਬਿਲਕੁਲ ਰਿਲੈਕਸ ਮਾਈਂਡ ਚ ਕਰਨਾ ਹੈ ਕੋਈ ਵੀ ਗਲਤੀ ਨਹੀਂ ਕਰਨੀ ਤੁਹਾਨੂੰ ਪੇਪਰ ਦੇ ਦਰਮਿਆਨ ਕੁਝ ਲਾਸਟ ਮਿੰਟ ਜੋ ਟਿਪਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਮੈਂ ਛੋਟੀ ਜੀ ਗੱਲ ਦੁਹਰਾ ਦਵਾਂ ਅੱਜ ਈਵਨਿੰਗ 8 ਵਜੇ ਦੀ ਕਲਾਸ ਮੈਦੀ ਨਹੀਂ ਹੋ ਸਕੇਗੀ ਠੀਕ ਹੈ ਡਿਊ ਟੂ ਟੈਕਨੀਕਲ ਰੀਜ਼ਨ ਤੇ ਮੈਂ ਇਹਦੀ ਇਸ ਕਲਾਸ ਹੈ ਯਾਨੀ ਅਸੀਂ ਆਪਾਂ ਕੱਲ ਸਵੇਰੇ ਕਲਾਸ ਲਵਾਂਗੇ ਧਿਆਨ ਰੱਖੋ ਸਵੇਰੇ ਜੀਕੇ ਤੋਂ ਪਹਿਲਾਂ ਕਲਾਸ ਯਾਨੀ ਕੱਲ੍ਹ ਵਾਸਤੇ ਹੋਏਗੀ ਦੋਸਤੋ ਇਹਦਾ ਅੱਛੇ ਤਰੀਕੇ ਨਾਲ ਯਾਦ ਰੱਖ ਲੈਣਾ ਔਰ ਬਹੁਤ ਹੀ ਬਿਹਤਰ ਕਲਾਸ ਕਰਾਂਗੇ 2.5 ਘੰਟਿਆਂ ਦੀ ਘੱਟ ਤੋਂ ਘੱਟ ਕਲਾਸ ਲਵਾਂਗਾ ਕੰਪਾਊਂਡ ਇੰਟਰਸਟ ਤੇ ਸਿੰਗਲ ਸਟੂਡੈਂਟ ਮੈਨੂੰ ਮੈਸੇਜ ਕਰਕੇ ਨਹੀਂ ਕਹੇਗਾ ਸਰ ਸਮਝ ਨਹੀਂ ਆਇਆ ਠੀਕ ਹੈ ਕਿਉਂਕਿ ਤੁਹਾਡੀ ਸੰਤੁਸ਼ਟੀ ਮੇਰਾ ਸਰਵੋਤਮ ਹੈ ਦੋਸਤੋ ਜੇ ਤੁਸੀਂ ਮੈਥ ਨਹੀਂ ਸਿੱਖਿਆ ਠੀਕ ਹੈ ਤਾਂ ਮੇਰਾ ਸਿਖਾਉਣ ਦਾ ਫਰਜ਼ ਹੈ ਮੈਂ ਸਿਖਾਵਾਂਗਾ ਤੁਹਾਡੀ ਜਿੰਨੀ ਵੀ ਜੋ ਦੇਖੋ ਮੈਂ ਕੱਲ ਟ੍ਰਿਕਸ ਦੱਸੀਆਂ ਕਈਆਂ ਦੇ ਮੈਸੇਜਸ ਆਏ ਹੈ ਕਿ ਸਰ ਇਹ ਕਿਦਾਂ ਹੋ ਗਿਆ ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ xyz ਤੋਂ ਸਿੱਖਣਾ ਚਾਹੁੰਦੇ ਹੋ xyz ਤੋਂ ਸਿਖਾਵਾਂਗਾ ਤੁਸੀਂ ਅਗਰ 100 ਮੰਨ ਕੇ ਕਰਨਾ ਚਾਹੋ ਨੇ 100 ਤੁਸ ਸਿਖਾਵਾਂਗਾ ਅਗਰ ਟ੍ਰਿਕਸ ਕਰਨਾ ਚਾਹੋ ਨੇ ਟ੍ਰਿਕਸ ਤੁਸ ਸਿਖਾਵਾਂਗਾ ਡੀਡੀਐਫ ਕਰਨਾ ਚਾਹੋ ਨੇ ਡੀਡੀਐਫ ਤੁਸ ਸਿਖਾਵਾਂਗਾ ਇੱਕ ਇੱਕ ਕੁਐਸਚਨ ਦੇ ਪੰਜ ਪੰਜ ਤਰੀਕੇ ਕੱਲ ਸ਼ੇਅਰ ਕਰਾਂਗਾ ਠੀਕ ਹੈ ਇਸ ਤੋਂ ਬਿਹਤਰ ਅਗਰ ਤੁਹਾਨੂੰ ਤੁਹਾਡੇ ਕੋਲ ਜੋ ਵੀ ਇਸ ਤੋਂ ਅਗਰ ਛੇਵਾਂ ਤਰੀਕਾ ਕੋਈ ਸਿਖਾਉਂਦਾ ਹੈ ਤਾਂ ਡੈਫੀਨੇਟਲੀ ਸਿੱਖੋ ਪਰ ਪ੍ਰੈਕਟਿਸ ਦਾ ਯਾਰ ਕਰਨੀ ਪੈਣੀ ਹੈ ਠੀਕ ਹੈ ਤਾਂ ਦੋਸਤੋ ਮੈਂ ਤੁਹਾਡੇ ਨਾਲ ਹੈ ਗਿਲਜ਼ ਮੈਂਟਰ ਦੀ ਟੀਮ ਤੁਹਾਡੇ ਨਾਲ ਹੈ ਕੋਸ਼ਿਸ਼ ਕਰਾਂਗੇ ਅਸੀਂ ਜੋ ਵੀ ਤੁਹਾਡੇ ਲਈ ਕੀਤਾ ਬੈਸਟ ਕੀਤਾ ਸਾਡੀ ਤਰਫੋਂ ਔਰ ਬਸ ਆਪਣਾ ਬੈਸਟ ਦੇਣ ਦੀ ਕੋਸ਼ਿ ਔਰ ਕੱਲ ਮੈਦੀ ਕਲਾਸ ਹੋਏਗੀ ਮਾਰਨਿੰਗ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਠੀਕ ਹੈ ਬਾਕੀ ਉਹਦਾ ਟਾਈਮ ਤੁਹਾਨੂੰ ਦਿੱਤਾ ਜਾਏਗਾ ਔਰ ਦੋਸਤੋ ਪ੍ਰੈਕਟਿਸ ਕਰਦੇ ਰਹੋ ਠੀਕ ਹੈ ਹਿੰਮਤ ਨਹੀਂ ਹਾਰਨੀ ਕਿਸੇ ਵੀ ਸਟੂਡੈਂਟ ਨੇ ਇੱਕ ਛੋਟੀ ਜਿਹੀ ਕਹਾਣੀ ਦੱਸਦਾ ਮੇਰਾ ਦੋਸਤ ਸੀਗਾ ਉਹਦਾ ਨਾਮ ਸੀਗਾ ਪੰਕਜ ਰਾਈਟ ਦੋਸਤੋ ਉਹਦੀ ਸ਼ਾਦੀ ਹੋ ਚੁੱਕੀ ਸੀ 4 ਸਾਲ ਗੈਪ ਹੋ ਗਿਆ ਸੀਗਾ ਔਰ ਉਹਦੇ ਇੱਕ ਬੱਚਾ ਵੀ ਹੋ ਚੁੱਕਿਆ ਸੀ ਆਈ ਥਿੰਕ ਕੁਝ ਲੋਕਾਂ ਦੀ ਪਰਸੈਪਸ਼ਨ ਹੁੰਦੀ ਹੈ ਮੈਰਿਜ ਹੋਣ ਤੋਂ ਬਾਅਦ ਪੜਦੇ ਨਹੀਂ ਹੈ ਕਿਸੇ ਨੇ ਤਾਨਾ ਮਾਰਿਆ ਉਸ ਨੂੰ ਕਹਿ ਹੀ ਦਿੰਦੇ ਵੀ ਅਕਸਰ ਵਾਰ ਲੱਗ ਹੀ ਜਾਂਦੀ ਹੈ ਹੱਠ ਹੁੰਦਾ ਹੈ ਕਿ ਤੂੰ ਜ਼ਿੰਦਗੀ 'ਚ ਠੀਕ ਹੈ ਕਿਉਂਕਿ ਅੱਜ ਕੱਲ ਸੁਵਿਧਾ ਬਹੁਤ ਨਹੀਂ ਦੋਸਤੋ ਉਸ ਨੂੰ ਗੱਲ ਚੁਭ ਗਈ ਮੇਰੇ ਨਾਲ ਸ਼ੇਅਰ ਕੀਤੀ ਮੈਨੂੰ ਕਹਿੰਦੇ ਵੀ ਭਾਈ ਸਾਹਿਬ ਇਦਾਂ ਦੀ ਗੱਲ ਹੈ ਮੈਂ ਕਿਹਾ ਵੀ ਕੰਮ ਕਰਦੇ ਆ ਆਪਾਂ ਚਲੋ ਪੜਦੇ ਆ ਦੋਸਤੋ ਉਹ ਉਹਨਾਂ ਨੇ ਪੜਨਾ ਸ਼ੁਰੂ ਕੀਤਾ ਉਹ ਮੈਨੂੰ ਉਹਦੇ ਦਿਮਾਗ 'ਚ ਇੱਕੋ ਗੱਲ ਬਾਰ-ਬਾਰ ਆਉਂਦੀ ਸੀਗੀ ਕਿ ਅਗਰ ਮੈਂ ਕੁਛ ਨਾ ਕੁਛ ਨਾ ਬਣਿਆ ਤਾਂ ਮੇਰੇ ਪੜੋਸੀ ਮੇਰੇ ਕਰਦੇ ਸਾਰੇ ਮੈਨੂੰ ਲਾਨਤਾਂ ਪਾਉਣਗੇ ਕਿ ਤੇਰੇ ਕੋਲੇ ਅੱਜ ਮੌਕਾ ਸੀ ਅੱਜ ਤੇਰੇ ਕੋਲੇ ਸੰਸਾਧਨਾਂ ਦੀ ਕਮੀ ਨਹੀਂ ਹੈ ਜੇ ਤੁਹਾਡੇ ਕੋਲੇ ਪੜਨ ਲਈ ਪੈਸਾ ਨਹੀਂ ਹੈ ਨਾ ਤੁਹਾਨੂੰ ਕੋਈ ਨਾ ਕੋਈ YouTube ਤੇ ਅੱਛਾ ਪੜਾ ਰਿਹਾ ਵਾ ਫੋਲ ਕਿ ਉਸਨੇ ਆਪਣਾ ਵਿੜਾ ਖੋ ਦਿੱਤਾ ਸੀਗਾ ਬਹੁਤ ਜ਼ਿਆਦਾ ਸਮਝ ਆਇਆ ਲੋਕਾਂ ਨੇ ਲੇਕਿਨ ਕਿਤੇ ਨਾ ਕਿਤੇ ਜਦੋਂ ਪਾਣੀ ਸਿਰ ਉਤੋਂ ਦੀ ਲੰਘ ਗਿਆ ਇੰਨੀ ਤਿਆਰੀ ਕੀਤੀ ਔਰ ਜਦੋਂ ਉਹਨੂੰ ਮੈਂ ਟ੍ਰਿਕਸ ਦੱਸਦਾ ਹੁੰਦਾ ਸੀਗਾ ਡੀਡੀਐਫ ਦੇ ਮੈਨੂੰ ਪੁੱਛਣਾ ਕਿ ਭਾਈ ਸਾਹਿਬ ਇਹ ਕੀ ਤਰੀਕਾ ਹੈ ਤਾਂ ਮੈਂਦੇ ਵਿੱਚ ਕਦੇ ਸਿੱਖਿਆ ਹੀ ਨਹੀਂ ਇਸ ਤਰ੍ਹਾਂ ਸਿੱਖਿਆ ਐਕਸ ਵਾਈ ਜ਼ेड ਤੁਸੀਂ ਤਾਂ ਸਾਨੂੰ ਐਕਸ ਵਾਈ ਜ਼ेड ਨਾ ਸਿਖਾਓ ਜੀ ਮੈਂ ਕਿਹਾ ਇਹਦੀ ਸਮੇਂ ਦੇ ਅਨੁਸਾਰ ਜ਼ਰੂਰਤ ਹੈ ਦੋਸਤੋ ਮੈਂ ਬਹੁਤ ਇੰਪੋਰਟੈਂਟ ਗੱਲ ਦੱਸ ਰਿਹਾ ਮੈਂ ਇਹ ਹੀ ਗੱਲ ਕਹੀ ਵੀ ਜੋ ਟਾਈਮ ਦੇ ਮੁਤਾਬਿਕ ਜ਼ਰੂਰਤ ਹੈ ਜੋ ਡੀਡੀਐਫ ਜ਼ਰੂਰਤ ਹੈ ਅਗਰ ਤੁਸੀਂ ਮੈਦਾਨ ਦੇ ਵਿੱਚ ਕੋਈ ਕ੍ਰਿਕਟਰ ਹੈ ਨਾ ਦੋਸਤੋ ਉਹ ਵੀ ਆਪਣੇ ਚਾਰ ਪਲਾਨ ਲੈ ਕੇ ਜਾਂਦਾ ਹੈ ਕਿ ਮੇਰੇ ਸਾਹਮਣੇ ਫਾਸਟ ਬੋਲਰ ਆ ਗਿਆ ਮੈਂ ਕਿੱਦਾਂ ਬੈਟਿੰਗ ਕਰਨੀ ਹੈ ਅਗਰ ਪਿਚ ਬਹੁਤ ਫਾਸਟ ਹੈ ਮੈਂ ਕਿੱਦਾਂ ਬੈਟਿੰਗ ਕਰਨੀ ਹੈ ਇਹੀ ਕਾਰਨ ਰਿਹਾ ਕਿ ਇੰਡੀਆ ਸੈਮੀਫਾਈਨਲ ਦੇ ਵਿੱਚ ਨਿਊਜ਼ੀਲੈਂਡ ਤੋਂ ਹਾਰਿਆ ਸੀਗਾ ਕਿਉਂਕਿ ਓਵਰ ਕੌਨਫੀਡੈਂਸ ਠੀਕ ਹੈ ਤਾਂ ਆਪਣੇ ਕੋਲੇ ਹਰ ਤਰੀਕੇ ਦਾ ਮੈਥ ਨੂੰ ਹੱਲ ਕਰਨ ਦਾ ਪਲਾਨ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਨੂੰ ਆਨਲਾਈਨ ਪੇਪਰ ਦੇ ਵਿੱਚ ਟਾਈਮ ਘਟਾ ਹੈ ਤਾਂ ਆਪਣੇ ਕੋਲ ਟ੍ਰਿਕਸ ਹੋਣੀਆਂ ਚਾਹੀਦੀਆਂ ਜੇ ਆਪਣੇ ਕੋਲ ਟਾਈਮ ਵਾਧੂ ਹੈ ਤਾਂ ਆਪ ਬਿਕੋਜ਼ ਜਦੋਂ ਉਹ ਪੇਪਰ SSC 'ਚ ਬੈਠੇ ਦੋਸਤੋ ਤਾਂ ਉਹਨੂੰ DDF ਨੇ ਇੰਨਾ ਜ਼ਿਆਦਾ ਪੁਸ਼ ਕਰਤਾ ਕਿਉਂਕਿ ਉਹਨੇ ਲਗਾਤਾਰ ਜਿਹੜੇ 25 ਕੁਐਸਚਨ ਮੈਦੇ ਪ੍ਰੀਲੀਮਸ ਆਏ ਸੀ ਨਾ DDF ਨਾਲ ਹੀ ਉਹਨੇ 12 ਕੁਐਸਚਨ ਕਰਤੇ ਔਰ ਉਹਦੇ ਕੋਲੇ ਇੰਨਾ ਟਾਈਮ ਬਚ ਗਿਆ ਕਿ ਪਿਛਲੇ ਜਿਹੜੇ 13 ਕੁਐਸਚਨ ਸੀਗੇ 13 ਕੁਐਸਚਨਾਂ 'ਚੋਂ ਉਹਨੇ 12 ਕੁਐਸਚਨ ਟਾਈਮ ਲੈ ਕੇ ਕੀਤੇ ਐਕਸਪਲੇਨੇਸ਼ਨ ਪੂਰਾ ਐਕਸਪਲੇਨ ਕਰਕੇ ਫਾਇੰਡ ਕੀਤੇ ਆਨਸਰ ਦੋਸਤੋ ਅੱਜ ਬਲੀਵ ਨਹੀਂ ਕਰੋਗੇ ਇੱਕ ਸਾਈਜ਼ ਇੰਸਪੈਕਟਰ ਦੋਸਤੋ ਇਹ ਚੀਜ਼ ਹੁੰਦੀ ਹੈ ਹਮੇਸ਼ਾ ਸਿੱਖੋ ਜਿਸ ਸਮੇਂ ਤੇ ਤੁਹਾਨੂੰ ਗੱਲ ਜੋ ਕਹੀ ਹੈ ਸਮੇਂ ਦੇ ਮੁਤਾਬਿਕ ਤੁਹਾਨੂੰ ਦੱਸਿਆ ਸਮਝਾਇਆ ਜਾ ਰਿਹਾ ਹੈ ਫੋਲੋ ਕਰੋ ਔਰ ਗੁੱਡ ਲੱਕ ਗਾਈਜ਼ ਵਾਪਸ ਤੋਂ ਮਿਲਦੇ ਹਾਂ ਫਿਰ ਕੱਲ ਸਵੇਰੇ ਤਦ ਤੱਕ ਪੜ੍ਹਦੇ ਰਹੋ ਧਿਆਨ ਰੱਖੋ ਥੈਂਕ ਯੂ ਸੋ ਮਚ